अस्सलाम वालेकुम जी, की हाल है जी? सारे वीरां दा, सारे भरावां दा, उम्मीद करते हैं ठीक ठाक होवोगे। सोलर ते ट्यूबवैल लगा रहे हैं जी, उहदे वास्ते कम स्टार्ट हो गया, फाउंडेशन बनते पे ने, उस तो बाद फ्रेम खड़े होणगे, पाइप, फिर अगला प्रोसेस जी इंशाल्लाह। 6 इंच की डिलीवरी शहबाज खानिया जी साहब, 6 इंच की डिलीवरी है जी, 70 प्लेट, लमसम 33-34 लाख का खर्चा जी। पाकिस्तान वापडा जिंदाबाद। खान साहब ने लिया के इत्थे खड़ा कर लिया, घर तो दूर सी, ते आ बैठे ने इंजॉय कर रहे ने। यार मैं क्या बहना जी, मिस्त्रियों दे इलेक्ट्रिशियन साहब ने कहा सी कि भाई 65 प्लेट ते 60 प्लेट ते भी थोड़ा कम हो जाना। मैं क्या कंप्रोमाइज कर दिया सी। टोटल किनियां ला रहे हो? 70 प्लेट। 70 प्लेट, 6 स्टैंड बनते पे ने, ते 12 प्लेट पर स्टैंड ते। मोटर 40 हॉर्स पावर? मोटर 40 दी, VFD लाई है जी 37-45 दी। कितना खर्चा बन गया तकरीबन हुण तक? ए हुण तक लगभग मैं पहुंच गया कोई 29 दे लगभग। ਅਤੇ ਬਸ ਮੇਰਾ ਹੁਣ ਥੋੜ੍ਹਾ ਜਿਹਾ ਜਿਹੜਾ ਸਮਾਨ ਹੈਗਾ ਨਾ, ਉਹ ਇਲੈਕਟ੍ਰੀਕਲ ਦੇ ਬ੍ਰੇਕਰ ਹੋ ਗਏ, DB ਬਾਕਸ ਹੈ, ਬਸ ਆਹ ਇੱਦਾਂ ਦਾ ਛੋਟਾ ਛੋਟਾ ਸਮਾਨ ਹੈ, ਬਾਕੀ ਮੈਂ ਸਾਰਾ ਸਮਾਨ ਕੰਪਲੀਟ ਕਰ ਲਿਆ। ਸ਼ੇਰ ਵੀ ਆ ਗਿਆ ਜੀ, ਖੁੱਲ੍ਹੇ ਮੈਦਾਨਾਂ ਦਾ ਦਬੰਗ, 66 ਦਾ ਕਟਰ, ਰੂਟਾਵੇਟਰ ਜੀ ਇਹਦੀ ਮੈਂ ਹੁਣ ਤੁਹਾਨੂੰ ਦੱਸਾਂ, ਸਾਡੇ ਬਾਦਲ ਸਾਹਿਬ ਨੇ ਰੂਟਰ ਮਾਰਨਾ ਹੈਗਾ ਸ਼ਾਮ ਨੂੰ। ਅੱਛਾ, ਅਤੇ ਤਿਆਰੀ ਕਸ ਰਿਹਾ ਹੁਣੇ ਆਪਣੇ ਨਾ, ਕਹਿ ਰਿਹਾ ਜੀ ਮੈਂ ਆਪਣੇ ਸ਼ੇਰ ਨੂੰ ਜਿਹੜਾ ਨਾ ਹੱਥ ਛੱਤ ਫੇਰ ਲਵਾਂ, ਸ਼ਾਮ ਨੂੰ ਕੰਮ ਲੈਣਾ, ਅਤੇ ਹੁਣ ਜਿਹੜਾ ਨਾ ਇਹ ਸ਼ੁਰੂ ਹੋ ਗਿਆ ਇਹਦੇ ਪਿੱਛੇ। ਅਤੇ ਖਾਨ ਸਾਹਿਬ ਫਿਰ ਮਿੱਟੀ ਕਿੱਥੇ ਕਰਨੀ? ਇੱਥੇ ਖਿਲਾਰ ਦੇਣੀ ਰੇਤ ਜਿਹੜੀ ਨਿਕਲੀ ਥੱਲੇ? ਹੋ ਹਾਲੇ ਇਹਦੇ ਖੱਡੇ 'ਚ ਵਾਪਸ ਚਲ ਜਾਏਗੀ, ਜਿਹੜੀ ਬਚੇਗੀ ਉਹਨੂੰ ਸਪੋਰਟ ਲੱਗ ਜਾਏਗੀ ਸਾਡਾ। ਚਲੋ ਜੀ, ਦੁਆ ਕਰੋ ਕੰਮ ਸ਼ੁਰੂ ਹੋ ਗਿਆ ਜੀ, ਅੱਜ ਪਹਿਲਾ ਦਿਨ, ਇਨਸ਼ਾਅੱਲਾ ਜਦੋਂ ਕੰਪਲੀਟ ਹੋਇਆ ਫਿਰ ਚਲਾ ਕੇ ਭਰਾਵਾਂ ਨੂੰ ਦਿਖਾਵਾਂਗੇ ਇਨਸ਼ਾਅੱਲਾ, ਕਿਉਂਕਿ ਵਾਪਡਾ ਪਾਕਿਸਤਾਨ ਜ਼ਿੰਦਾਬਾਦ। ਹੁਣ 3-3 ਲੱਖ ਰੁਪਈਆ, 2.5-2.5 ਲੱਖ ਖੜੀਆਂ ਮੋਟਰਾਂ ਦਾ ਬਿੱਲ ਤਾਂ ਨਹੀਂ ਭਰ ਹੁੰਦੇ? ਉਹ ਭਾਈ ਜਾਨ ਆਪਣੇ 99 ਗਰਬੀ ਦੇ ਸੇਠ ਲਿਆਗਰ ਸਾਹਿਬ ਨੇ, ਉਹਨਾਂ ਨੇ ਜਿਸਲੇ ਲਾਇਆ ਨਾ, ਉਹਨਾਂ ਦੀ 5 ਦੀ ਡਿਲੀਵਰੀ ਹੈ, ਅਤੇ ਉਹ ਸਬਮਰਸੀਬਲ ਲੱਗੇ ਉਹਨਾਂ ਦਾ, ਉਹਨਾਂ ਨੇ ਜਿਸਲੇ ਸੋਲਰ ਦੀ ਉਹਨਾਂ ਨੂੰ ਪਈ ਹੈ ਨਾ ਚਸ, ਉਹ ਵਾਪਡਾ ਵਾਲਿਆਂ ਨੂੰ ਦਿਨ ਰਾਤ ਆਪ ਫੋਨ ਕਰਦੇ ਸੀ, ਆਓ ਤੇ ਆਪਣਾ ਮੀਟਰ ਲਾ ਕੇ ਲੈ ਕੇ ਜਾਓ, ਕਨੈਕਸ਼ਨ ਕੱਟ ਕੇ ਲੈ ਜਾਓ, ਆਪਣਾ ਕਨੈਕਸ਼ਨ ਲੈ ਜਾਓ, ਟ੍ਰਾਂਸਫਾਰਮਰ ਲੈ ਜਾਓ ਆਪਣਾ। ਔਰ ਉਹਨਾਂ ਨੇ ਵਾਪਸ ਕਟਾਤਾ, ਔਰ ਅੱਜ ਉਹਨਾਂ ਦਾ ਦੂਸਰਾ ਟਿਊਬਵੈਲ ਵੀ ਜਿਹੜਾ ਹੈ ਨਾ, ਉਹ ਸਮਾਨ ਲੈਣ ਜਾ ਰਿਹਾ ਜੀ। ਬਸਤੀ ਮਲੋਕ ਦੇ ਰਾਣਾ ਨਦੀਮ ਸਾਹਿਬ ਦੇ ਮੁੰਡੇ ਨੇ ਜੀ, ਉਹ ਫਰੇਮ ਤਿਆਰ ਕਰ ਰਹੇ ਨੇ, ਲਓ ਜੀ ਸੋਹਣਾ ਕੰਮ ਹੈ ਰਾਣੇ ਦਾ। ਇੱਥੇ ਖਾਨ ਸਾਹਿਬ ਦਾ ਕੁੱਲ ਰਕਬਾ ਹੈ ਜੀ 22 ਏਕੜ, ਬਾਕੀ ਰਕਬਾ ਹੈ ਦੂਸਰੀ ਜਗ੍ਹਾ ਤੇ।